ਹੁਣੇ ਹੁਣੇ ਇੱਕ ਵੱਡਾ ਟ੍ਰੇਨ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਟ੍ਰੇਨ ਦੀਆਂ 10 ਬੋਗੀਆਂ ਪਟਰੀ ਤੋਂ ਹੇਠਾਂ ਉਤਰ ਗਈਆਂ ਨੇ। ਮੌਕੇ ਦੇ ਉੱਤੇ ਚੀਕ ਚਿਹਾੜਾ ਪਿਆ ਤੇ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਟ੍ਰੇਨ ਦੀ 10 ਬੋਗੀਆਂ ਪਟਰੀ ਤੋਂ ਉਤਰੀਆਂ ਹੋਈਆਂ ਨੇ। ਜੋ ਟ੍ਰੇਨ ਦੇ ਟਾਇਰ ਨੇ ਉਹ ਵੀ ਅਲੱਗ ਹੋ ਚੁੱਕੇ ਨੇ ਬੋਗੀਆਂ ਦੇ ਨਾਲੋਂ। ਹਾਲਾਂਕਿ ਇਸ ਦੌਰਾਨ ਇੱਕ ਹੋਰ ਵੀਡੀਓ ਤੁਹਾਨੂੰ ਦਿਖਾਉਣ ਜਾ ਰਿਹਾ ਜਿਸ ਦੇ ਵਿੱਚ ਇਹ ਹਾਦਸਾ ਵਾਪਰਿਆ ਜੋ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫ਼ੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤਾਂ ਦੱਸ ਦਈਏ ਕਿ ਲੋਹੇ ਦੇ ਸਮਾਨ ਦੇ ਨਾਲ ਭਰੀ ਹੋਈ ਇਹ ਟ੍ਰੇਨ ਸੀ ਜੋ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਪਰ ਕਿਤੇ ਨਾ ਕਿਤੇ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਇੱਕ ਵੱਡਾ ਟ੍ਰੇਨ ਹਾਦਸਾ ਹੈ। ਹਾਲਾਂਕਿ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਸਾਫ਼ ਟ੍ਰੇਨ ਦੀਆਂ ਜੋ ਬੋਗੀਆਂ ਨੇ ਉਹਨਾਂ ਨੂੰ ਪਟਰੀ ਤੋਂ ਉਤਰਦੇ ਹੋਏ ਸਾਫ਼ ਦੇਖਿਆ ਜਾ ਸਕਦਾ ਹੈ। ਤਾਂ ਵੱਡਾ ਹਾਦਸਾ ਦਿੱਲੀ ਦੇ ਜ਼ਖੀਰਾ ਦੇ ਵਿੱਚ ਵਾਪਰਿਆ ਜਿੱਥੇ ਕਿ ਅਚਾਨਕ ਹੀ ਇੱਕ ਮਾਲ ਗੱਡੀ ਪਟਰੀ ਤੋਂ ਹੇਠਾਂ ਉਤਰ ਗਈ। ਕਰੀਬ 10 ਬੋਗੀਆਂ ਦੱਸਿਆ ਜਾ ਰਿਹਾ ਕਿ ਪਟਰੀ ਤੋਂ ਹੇਠਾਂ ਉਤਰੀਆਂ ਨੇ। ਹਾਲਾਂਕਿ ਇਸ ਦੌਰਾਨ ਜਦੋਂ ਇਹ ਹਾਦਸਾ ਵਾਪਰਿਆ ਤਾਂ ਉੱਥੇ ਮੌਜੂਦ ਇੱਕ ਸ਼ਖਸ ਦੇ ਵੱਲੋਂ ਇਸ ਦੀ ਵੀਡੀਓ ਵੀ ਬਣਾਈ ਗਈ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਦਿੱਲੀ ਦੇ ਵਿੱਚ ਇਹ ਵੱਡਾ ਰੇਲ ਹਾਦਸਾ ਵਾਪਰਿਆ। अबे जरा आ जाओ, ओ भाई वो क्या हो गया, ये वीडियो बना ली पूरी। अरे भाई चलो आओ नीचे, चलो मत जा भैया, करंट है। वाह चलो सबको घर पे बना दे।